ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ अनुकड़ा आम आदमी पार्टी ਦੇ ਸਰਕਾਰ ਬਣਦੇ ਹੀ ਪੁਰਾਣੇ ਵਿਧਾਇਕਾਂ ਮੰਤਰੀਆਂ ਕੋਲੋਂ ਦੀ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਲੈ ਲਈ ਗਈ ਸੀ ਸੋ ਲਗਾਤਾਰ ਜਿਹੜੇ ਫੈਸਲੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਸੁਣਾਏ ਜਾ ਰਹੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸਿਕਿਉਰਿਟੀ ਜਦੋਂ ਵਾਪਸ ਲਈ ਸੀ ਉਸ ਤੋਂ ਬਾਅਦ ਲਗਾਤਾਰੀ ਫੈਸਲੇ ਆ ਰਹੇ ਸੀ ਜਿੱਥੇ ਐਮ ਐਲ ਏ ਸਟਾਫ ਜਿਹੜੇ ਨੇ ਦੇਖ ਰਹੇ ਸੀ ਚੈੱਕ ਕਰ ਰਹੇ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਹੀ ਸਹੀ ਹੈ ਕਿ ਨਹੀਂ ਹੈਗੇ ਸੋ ਇਸ ਤੋਂ ਇਲਾਵਾ ਵੱਡੇ ਵੱਡੇ ਫੈਸਲੇ ਆਮ ਆਦਮੀ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੇ 17 ਸਾਬਕਾ ਕੈਬਨਟ ਮੰਤਰੀਆਂ ਸਮੇਤ 40 ਵਿਧਾਇਕਾਂ ਨੂੰ ਆਲੀਸ਼ਾਨ ਫਲੈਟ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਜਾਣਕਾਰੀ ਮੁਤਾਬਕ ਇਹਨਾਂ ਸਾਬਕਾ ਕੈਬਨਟ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਨੂੰ 26 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਫਲੈਟ ਖਾਲੀ ਕਰਨ ਦੇ ਲਈ ਜੇਕਰ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਅਜਿਹੇ 'ਚ ਇਹਨਾਂ ਫਲੈਟਾਂ ਦਾ ਕਈ ਗੁਣਾ ਜ਼ਿਆਦਾ ਕਿਰਾਇਆ ਦੇਣਾ ਪਵੇਗਾ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਚ ਜਿੱਤ ਕੇ ਆਉਣ ਵਾਲੇ ਵਿਧਾਇਕਾਂ ਨੂੰ ਚੰਡੀਗੜ੍ਹ ਰਹਿਣ ਲਈ ਸੈਕਟਰ 2 ਤੇ 4 ਦੇ ਵਿੱਚ ਸਰਕਾਰੀ ਫਲੈਟ ਦਿੱਤੇ ਜਾਂਦੇ ਨੇ ਜਿਹੜੇ ਵੀ ਵਿਧਾਇਕਾਂ ਨੂੰ ਇਹ ਫਲੈਟ ਅਲਾਟ ਹੁੰਦੇ ਨੇ ਉਹਨਾਂ ਨੂੰ ਅਗਲੀਆਂ ਚੋਣਾਂ ਦੇ ਵਿੱਚੋਂ ਹਾਰ ਦਾ ਸਾਹਮਣਾ ਕਰਨ ਮਗਰੋਂ ਫਲੈਟ ਨੂੰ ਖਾਲੀ ਕਰਨਾ ਹੁੰਦਾ ਤਾਂ ਜੋ ਉਹਨਾਂ ਦੀ ਥਾਂ ਦੇ ਉੱਤੇ ਜਿੱਤ ਕੇ ਆਉਣ ਵਾਲੇ ਵਿਧਾਇਕ ਜਿਹੜੇ ਨੇ ਉਹ ਰਹਿ ਸਕਣ ਉੱਥੇ ਸਰਕਾਰੀ ਫਲੈਟ ਲੋਟ ਉਹਨਾਂ ਨੂੰ ਕਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਸੋ ਪਰ ਇੱਥੇ ਦੇਖਣ ਵਾਲੀ ਇਹ ਚੀਜ਼ ਹੈ ਕਿ ਵਿਧਾਇਕ ਜਿਹੜੇ ਨੇ ਕਦੋਂ ਜਿਹੜੇ ਫਲੈਟ ਖਾਲੀ ਕਰਦੇ ਨੇ ਕਿਉਂਕਿ 26 ਤਰੀਕ ਦਾ ਸਮਾਂ ਹੁਣ ਉਹਨਾਂ ਦੇ ਦਿੱਤਾ ਗਿਆ ਸੋ ਲਗਾਤਾਰ ਕਿਉਂਕਿ ਇਹ ਵੱਡੇ ਵੱਡੇ ਦਿਗਜ ਹਾਰੇ ਨੇ ਕਿਉਂਕਿ ਉਹਨਾਂ ਦਿਗਜਾਂ ਨੂੰ ਪਹਿਲਾਂ ਆਪਣੀ ਹਾਰ ਹੀ ਹਜ਼ਮ ਨਹੀਂ ਹੋ ਰਹੀ ਤੇ ਦੂਸਰੇ ਪਾਸੇ ਸਿਕਿਉਰਿਟੀ ਐਡੀ ਐਡੀ ਜਿਹੜੀ ਉਹਨਾਂ ਨੂੰ ਦਿੱਤੀ ਗਈ ਸੀ ਉਹ ਸਿਕਿਉਰਿਟੀ ਵਾਪਸ ਲੈ ਲਈਤੀ ਗਈ ਤੇ ਹੁਣ ਜਿਹੜੇ ਆਲੀਸ਼ਾਨ ਬੰਗਲਿਆਂ ਦੇ ਵਿੱਚ ਇੰਨੇ ਟਾਈਮ ਤੋਂ ਰਹਿ ਰਹੇ ਸੀ ਉਹ ਹੁਣ ਉਹਨਾਂ ਨੂੰ ਛੱਡਣੇ ਪੈਣਗੇ ਜਿਹੜੇ ਫਲੈਟਾਂ ਦੇ ਵਿੱਚੋਂ ਰਹਿ ਰਹੇ ਸੀ ਉਹ ਫਲੈਟ ਛੱਡਣੇ ਪੈਣਗੇ ਲਗਾਤਾਰ ਜਿਹੜੀਆਂ ਖਬਰਾਂ ਤਸਵੀਰਾਂ ਪਹਿਲਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਸਰਕਾਰੀ ਫਲੈਟਾਂ ਦੇ ਵਿੱਚ ਉਹ ਰਹਿੰਦੇ ਵੀ ਨੇ ਕਈ ਵਾਰ ਨਹੀਂ ਵੀ ਰਹਿੰਦੇ ਕਈ ਵਾਰ ਬਾਹਰ ਵੀ ਰਹਿੰਦੇ ਨੇ ਇਸੋ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹ ਫालतੂ ਦਿੱਤੀਆਂ ਗਈਆਂ ਨੇ ਇਹਨੇ ਇਹਨੇ ਏਸੀਓ ਦੇ ਵਿੱਚ ਲੱਗਿਆ ਹੁੰਦੇ ਸੀ ਕਿ ਉਹਨਾਂ ਚੀਜ਼ਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਥੋੜਾ ਕੁਝ ਘਟਵਾਦ ਕੀਤਾ ਜਾਊਗਾ ਕਿਉਂਕਿ ਇਹਨਾਂ ਚੀਜ਼ਾਂ ਦਾ ਵੀ ਖਜ਼ਾਨੇ ਦੇ ਉੱਤੇ ਬਹੁਤ ਬੋਝ ਜਿਹੜਾ ਹੈਗਾ ਉਹ ਪੈਂਦਾ ਪਰ ਇਸ ਵੇਲੇ ਵੱਡਾ ਝਟਕਾ ਵਿਦਾਇਕਾਂ ਨੂੰ ਆਪਣੀ ਆਲੀਸ਼ਾਨ ਜਿਹੜੇ ਉਹ ਫਲੈਟਾਂ ਦੇ ਵਿੱਚ ਰਹਿ ਰਹੇ ਸੀ ਉਹ ਵੀ ਹੁਣ ਖਾਲੀ ਕਰਨੇ ਪੈਣਗੇ ਸੋ 26 ਤਰੀਕ ਤੱਕ ਦਾ ਸਮਾਂ ਉਹਨਾਂ ਨੂੰ ਜ਼ਰੂਰ ਦੇ ਦਿੱਤਾ ਗਿਆ ਹੈ ਕਿ 26 ਤਰੀਕ ਤੱਕ ਆਪਣਾ ਤੁਸੀਂ ਸਮਾਨ ਉੱਥੋਂ ਲੈ ਕੇ ਜਾ ਸਕਦੇ ਹੋ ਖਾਲੀ ਜਿਹੜੇ ਨੇ ਫਲੈਟ ਉਹ ਤੁਸੀਂ ਕਰ ਸਕਦੇ ਹੋ ਸੋ ਦੇਖਣਾ ਹੋਵੇਗਾ ਕਿ ਕਿਹਦੇ ਕਿਹਦੇ ਦਿਲ ਦੇ ਉੱਤੇ ਤਾਰ ਜਿਹੜੀ ਹੈ ਜਿਹਦੀ ਛਿੜਦੀ ਹੈ ਸੋ ਕਿਨੂੰ ਕਿਨੂੰ ਦੁੱਖ ਹੁੰਦਾ ਉੱਥੋਂ ਦੀ ਨਿਕਲਣ ਲੱਗਿਆ ਕਿਉਂਕਿ ਐਡੀ ਵੱਡੀ ਹਾਰ ਹਜ਼ਮ ਕਰਨਾ ਉਹ ਹੀ ਬਹੁਤ ਵੱਡੀ ਗੱਲ ਹੈ ਤੇ ਹੁਣ ਸਿਕਿਉਰਿਟੀ ਉਸ ਤੋਂ ਬਾਅਦ ਹੁਣ ਫਲੈਟ ਜਿਹੜੇ ਨੇ ਉਹ ਵੀ ਉਹਨਾਂ ਨੂੰ ਖਾਲੀ ਕਰਨੇ ਪੈਣਗੇ